ਹੋਵੀ ਆਂਦੀ ਫਕੀਰ ਤੇਰੇ ਬੂਹੇ ਤੇ ਇਹੀ ਬਲਾ ਤੁਸੀਂ ਅੱਤੇ ਕੱਟੇ ਨਾ ਤੁਸੀਂ ਕੰਮ ਨਹੀਂ ਕਰਦੇ ਪਿੰਨਾਂ ਤੇ ਢੋਲ ਨਿਕਾ ਦੇ ਨੇ ਓਏ ਅੰਮਾ ਅੰਮਾ ਮੈਂ ਲਾਤੂ ਕਮਜ਼ੋਰ ਆ ਆਏ ਆਏ ਕੱਟਾ ਇਹ ਹਾਏ ਡੇਢ ਮੁਠੀਆ ਇਹ ਵਿਚਾਰਾ ਹੀ ਡੇਢ ਮੁਠੀਆ ਆਉਂਦਾ ਹੀ ਹੈ ਡੇਢ ਜਿਵੇਂ ਆ ਪਰਨਾਲਾ ਲੱਗਾ ਖੜਾ ਹੁੰਦਾ ਹੈ ਚਲ ਮੈਂ ਤਾਂ ਦੇਣੀ ਆ ਚਲ ਤੇ ਸ਼ਾਬਾਸ਼ ਹੈ ਅੰਮਾ ਸੀ ਦਮੀ ਦੇ ਭੁੱਖੇ ਲੱਗੇ ਬਣੇ ਆ ਕਿਹੜੀ ਅੱਲਾ ਤੇਰੀ ਹਯਾਤੀਆਂ ਨੇ ਅੱਲਾ ਤੈਨੂੰ ਹਾਜ ਕਰਾਵੇ ਅੰਮਾ ਵੱਡੀ ਹਾਜ ਕਰਾਵੇ ਇਸ ਮਿੰਦਾ ਇਸ ਮਿੰਦਾ ਚੰਗਾ ਇਲਾਜ ਹੋਇਆ ਹੀ ਨਾ ਤੂੰ ਤਾਂ ਘਰ ਨਾ ਖਾ ਲੈ ਦੋਆਂ ਦਾ ਯੱਕ ਖਾਣਾ ਨਾਲ ਉਹਨਾਂ ਨੂੰ ਛੋਦਾ ਦਿੱਤਾ ਕਰਕੇ ਚੰਗਾ ਖਾਧਾ ਹੀ ਨਾ ਖਾ ਹੋਰ ਇਹਨੂੰ ਪਤਾ ਨੀ ਗੰਦੀਆਂ ਬਲਾਈ ਉੱਠ ਤੇ ਆ ਗਈਆਂ ਚਾਵਲ ਵਾਸਤੇ ਤੈਨੂੰ ਨੀ ਪਤਾ ਠੰਡੀ ਖਾ ਕੇ ਖਾਣੀ ਸੀ ਅੰਮਾ ਮੈਨੂੰ ਹੁਣ ਕੀ ਪਤਾ ਖੱਜੇ ਛੱਦੇ ਵਿੱਚ ਕੀ ਤੱਤੇ ਕੱਢ ਕੇ ਮੈਨੂੰ ਦੇਵਣੇ ਹੱਥੋਂ ਮੈਂ ਜਿਹੜੇ ਹੱਥ ਛੜਾਈ ਆਪਣੇ ਕੋ ਉਹ ਅੰਮਾ ਮੋੜ ਮੈਂ ਕੱਢ ਲਾ ਮੈਂ ਖਾ ਲਵਾ ਤੂੰ ਹੱਥੋਂ ਲੋਕ ਕੇ ਖਾ ਲੈ ਸਕਾ ਬਾਬਾ ਤੂੰ ਹੀ ਅਲਖ ਹੀ ਹੋਏ ਨਾ ਤੂੰ ਹੀ ਅਲਖ ਹੀ ਹੋਏ ਨਾ ਬਾਬਾ ਓਏ ਅੱਗੇ ਠਪੁੱਠੀਆ ਆਰਾਮ ਨਾ ਰਹਾ ਮੈਂ ਤੈਨੂੰ ਦੱਸਾਂ ਚਾਵਲ ਵੀ ਚਾਵਣੇ ਨਾ ਜਾ ਅੜਕੇ ਅੱਗੇ ਤਾਂ ਡਿੱਗਦਾ ਪਿਆ ਖੱਛਾ ਨਾ ਅੜਕਾ ਹੋ ਗਿਆ ਉਹ ਛੱਡ ਦੇ ਪਤੀਲਾ ਉਹ ਗੱਲ ਆਰਾਮ ਨਾ ਕਰ ਪਤੀਲੇ ਨੂੰ ਲੱਤਾਂ ਦਾ ਫਾਟ ਕੇ ਬਣਾ ਖਲੋਸੇ ਨਾ ਲੈ ਕੰਨ ਕਰ ਸੀ ਕੰਨ ਖਲੋ ਜਾ ਖਲੋ ਜਾ